मेरी गल दिखाओ भी थप्पड़ मारने वाली कित्थे गल गई है ते तो मीडिया भी कहना चाहूंगा कि मैं थप्पड़ नु मारन वाली कोई गल नहीं कही ਲੋਕਾਂ ਦੇ ਇਕੱਠ ਚ ਇਹ ਗੱਲ ਕਹਿ ਕੇ ਗਿਆ ਇਹ ਮੇਰੇ ਚਪੇੜੇ ਮਾਰਨ ਦੀ ਗੱਲ ਨਹੀਂ ਕਰਕੇ ਗਿਆ ਮੇਰੇ ਪਿੰਡ ਦੇ ਚਪੇੜ ਮਾਰੀ ਐ ਉਸ ਪਿੰਡ ਦੇ ਚਪੇੜੇ ਮਾਰਨ ਦੀ ਗੱਲ ਕਰਦਾ ਜਿਹਦੋਂ 4500 ਵੋਟ ਇਸ ਨੂੰ ਪਈ ਐ ਅੱਜ ਜਦੋਂ ਆਪ ਦੀ ਗੱਲ ਆਈ ਅੱਜ ਜਦੋਂ ਮੈਂ ਵਿਰੋਧ ਚ ਖੜ ਗਿਆ ਤੇ ਪਿੰਡਾਂ ਦੇ ਹੱਕਾਂ ਵਾਸਤੇ ਤਾਂ ਅੱਜ ਪ੍ਰਸ਼ਾਸਨ ਵੱਲੋਂ ਇਹ ਗੱਲ ਕਹੀ ਜਾਂਦੀ ਆ ਵੀ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਸਰਪੰਚ तेरे मार मार लफेड़े जे तैनू अंदर सुटिया हुंदा तां फिर पता लगना सी। ये शब्द असी नहीं कह रहे सगों हलका भदौड़ तो जनाब लाभ सिंह उगुको के कह रहे ने। जदों मोहल्ला क्लीनिक दा उद्घाटन कर पहुंचे सी तां ओ आपे तो बाहर हो गए। जदों सैना पिंड वासियां ने मोहल्ला क्लीनिक दा विरोध किया तां उन्हां दे वल्लों पिंड दे सरपंच दे बेटे नूं ये शब्द कहे गए ने जिस दी वीडियो खूब वायरल हो रही है और तुहानू भी सुना दिंदे आ। सब तो पहला वायरल हो रही वीडियो आबादी वाले पिंड नू देखो मोहल्ला क्लीनिक तुसी जे बनाउणा छोटे पिंडां च बना लो। साडे इत्थे वोटां च तुसी बाजार च गल कह के आए हो भी असीं इहनू हस्पताल नू वड्डा अपग्रेड करांगे 17 बिस्तरियां दा हस्पताल देवांगे। सो अज इह क्यों बाजार च सारे तुहाडे वर्करां ने चलो ਤੁਸੀਂ ਅਪਗ੍ਰੇਡ ਨਹੀਂ ਕਰਨਾ ਤਾਂ ਡੀਗ੍ਰੇਡ ਕਰ ਦਿਓ। ਝੂਠ ਨਹੀਂ ਬੋਲਣਾ। ਨਹੀਂ ਝੂਠ ਨਹੀਂ ਮੈਂ ਬੋਲਦਾ ਨਾ ਮੈਂ ਝੂਠ ਬੋਲਿਆ ਕਦੇ ਨਾ ਬੋਲਣਾ ਨਾ ਮੈਂ ਝੂਠ ਬੋਲਿਆ ਨਾ ਬੋਲਣਾ ਹਾਂ ਗੱਲ ਕਰ ਰਿਹਾ ਆਰਾਮ ਨਾਲ ਗੱਲ ਕਰ ਰਿਹਾ ਤੁਹਾਡਾ ਰਿਸਪੈਕਟ ਕੀਤੀ ਆਏ ਦੀ ਹਾਂ ਭਾਈ ਫਿਰ ਇਹ ਕੀ ਗੱਲ ਹੈ ਹੈਲੋ ਮਾਰ ਲਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ ਆ ਦੇਖੋ ਜੀ ਜਦੋਂ ਇਸ ਵਾਇਰਲ ਹੋ ਰਹੀ ਵੀਡੀਓ ਬਾਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਗੁੱਕੋ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਥੱਪੜ ਮਾਰਨ ਦੀ ਗੱਲ ਤੋਂ ਮੁੱਕਰਦੇ ਦਿਖਾਈ ਦਿੱਤੇ। ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਆਪਣੀ ਸਰਕਾਰ ਚੁਣੀ ਹੈ ਅਤੇ ਆ ਉਰੇ ਮੇਰੇ ਸੈਣੇ ਦੇ ਬਸ਼ਿੰਦੇ ਬੈਠੇ ਆ ਜਿਨ੍ਹਾਂ ਦੇ ਦੱਸਣ ਦੀ ਗੱਲ ਆ ਕਿ 10 ਸਾਲਾਂ ਬਾਅਦ ਇੱਥੇ ਜਿਹੜਾ ਡਾਕਟਰ ਆਇਆ ਬਿਲਕੁਲ ਜੀ ਮੁਹੱਲਾ ਕਲੀਨਿਕ ਦੇ ਵਿੱਚ ਪੂਰਾ ਸਟਾਫ ਹੈ ਜੀ ਜਿੱਥੇ ਟੈਸਟ ਵੀ ਫ੍ਰੀ ਹੋਣਗੇ 41 ਅਤੇ 71 ਜਿਹੜੀਆਂ ਦਵਾਈਆਂ ਨੇ ਉਹ ਵੀ ਫ੍ਰੀ ਆਫ ਕੋਸਟ ਮਿਲਣਗੀਆਂ ਜੀ। ਸੋ ਪੂਰੇ ਚੰਗਾ ਜਿਹੜਾ ਸਟਾਫ ਆਊਗਾ। ਹੁਣ ਇਹਦੇ 'ਚ ਕੀ ਹੁੰਦਾ ਕਿ ਜਿਹੜੇ ਸਾਡੇ ਸ਼ਹਿਰ ਨੇ ਜਿੰਨੇ ਵੱਡੇ ਹਸਪੀਟਲ ਨੇ ਸਾਡੇ ਬਜ਼ੁਰਗ ਨੇ ਜਿਹੜੇ ਜਾਂ ਔਰਤਾਂ ਨੇ ਉਹ ਕਈ ਵਾਰੀ ਘਰੇ ਕੋਈ ਬੰਦਾ ਨਹੀਂ ਹੁੰਦਾ ਅਤੇ ਉਹ ਹਸਪੀਟਲ ਨਹੀਂ ਜਾ ਸਕਦੀ ਪਰ ਇੱਥੇ ਮੁਹੱਲਾ ਕਲੀਨਿਕ ਖੁੱਲ੍ਹਣ ਦੇ ਨਾਲ ਬਜ਼ੁਰਗ ਵੀ ਬੱਚੀਆਂ ਵੀ ਔਰਤਾਂ ਵੀ ਆ ਕੇ ਇੱਥੇ ਆਪਣਾ ਜਿਹੜਾ ਇਲਾਜ ਆ ਉਹ ਕਰਵਾ ਸਕਦੀਆਂ। ਜਿਹੜੇ ਟੈਸਟਾਂ ਦੀ ਰਿਪੋਰਟ ਆ ਉਹ ਅਗਲੇ ਦਿਨ ਮਿਲਣੀ ਹੈ। ਦਵਾਈਆਂ ਬਿਲਕੁਲ ਫ੍ਰੀ ਨੇ ਇੱਥੇ ਟੈਸਟ ਵੀ ਫ੍ਰੀ ਨੇ ਬਕਾਇਦਾ ਸਾਰਾ ਔਨਲਾਈਨ ਸਿਸਟਮ ਹੈ ਔਰ ਉਹਨਾਂ ਦੇ ਫੋਨ 'ਤੇ ਵੀ ਉਹਨਾਂ ਦੀ ਜਿਹੜੀ ਮੈਡੀਕਲ ਰਿਪੋਰਟ ਆ ਉਹਨਾਂ ਦੇ ਫੋਨ 'ਤੇ ਵੀ ਜਾਊਗੀ। ਮੰਨ ਲਓ ਕਈ ਵਾਰੀ ਉਹ ਆਪਣੀ ਰਿਸ਼ਤੇਦਾਰੀ 'ਚ ਚਲੇ ਜਾਂਦੇ ਆ ਤਾਂ ਉਹਨਾਂ ਨੂੰ ਕਾਗਜ਼ ਚੱਕਣ ਦੀ ਲੋੜ ਨਹੀਂ। ਉਹਨਾਂ ਦਾ ਜਿਹੜਾ ਫੋਨ ਨੰਬਰ ਹੈ ਉੱਥੇ ਫੋਨ ਨੰਬਰ ਦੇ ਕੇ ਆਪਣੀ ਸਾਰੀ ਡਿਟੇਲ ਆ ਜਿਹੜੀ ਉਹ ਕਿਸੇ ਵੀ ਮੁਹੱਲਾ ਕਲੀਨਿਕ 'ਤੇ ਉਹ ਦੇਖ ਸਕਦੇ ਅਤੇ ਉੱਥੋਂ ਵੀ ਉਹ ਦਵਾਈ ਲੈ ਸਕਦੇ ਆ। ਬਾਕੀ ਤੁਸੀਂ ਦੇਖਿਆ ਸਾਰਾ ਬਹੁਤ ਵਧੀਆ ਸਿਸਟਮ ਬਣਾਇਆ। 25 ਲੱਖ ਰੁਪਇਆ ਜਿਹੜਾ ਇੱਥੇ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਅਤੇ ਉਹ ਇਹ ਹੈਗਾ ਕਿ ਇਹਨਾਂ ਲੋਕਾਂ ਦੇ ਸਾਥ ਕਰਕੇ ਆ ਜੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੀਆਂ ਬਣਦੀਆਂ ਸਹੂਲਤਾਂ ਨੇ ਉਹ ਜਿਹੜੀਆਂ ਦਿੱਤੀਆਂ ਜਾਣਗੀਆਂ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਆਪਣੇ ਸੈਣੇ ਦਾ ਸਟੇਡੀਅਮ ਆ ਉਹਦੇ ਲਈ ਵੀ ਜਿਹੜੀ ਇੱਕ ਬਹੁਤ ਵੱਡੀ ਗ੍ਰਾਂਟ ਆ ਜਿਹੜੀ ਪੰਜਾਬ ਸਰਕਾਰ ਵੱਲੋਂ ਅਸੀਂ ਸੈਣੇ ਦੇ ਵਿੱਚ ਲੈ ਕੇ ਆ ਰਹੇ ਕਿਉਂਕਿ 12,000 ਤਾਂ ਵੋਟ ਆ ਇੱਥੇ ਅਤੇ ਘੱਟ ਤੋਂ ਘੱਟ 25,000 ਦੀ ਜਿਹੜੀ ਆਬਾਦੀ ਆ ਤਾਂ ਜਿਹੜਾ ਸਾਡਾ ਨੌਜਵਾਨ ਆ ਜਿਹੜਾ ਖੇਡਾਂ ਤੋਂ ਜਿਹੜਾ ਪਾਸੇ ਰਹਿ ਗਿਆ ਉਹਨੂੰ ਵੀ ਉਹਦੇ ਲਈ ਵੀ ਅਸੀਂ ਕਿਉਂਕਿ ਸੈਣਾ ਵੱਡਾ ਪਿੰਡ ਆ ਸਾਡੇ ਹਲਕੇ ਦਾ ਤਾਂ ਇਹ ਹੈਗਾ ਕਿ ਵੱਡੇ ਸਾਰੇ ਪਿੰਡਾਂ ਜਿਹੜੀਆਂ ਵੱਡੀਆਂ ਸਹੂਲਤਾਂ ਨੇ ਉਹ ਆਪਾਂ ਪਹਿਲ ਦੇ ਆਧਾਰ 'ਤੇ ਲੈ ਕੇ ਆਏ। ਅਤੇ ਇੱਕ ਸਰ ਜਿਵੇਂ ਇਸ ਦਾ ਅੱਜ ਉਦਘਾਟਨ ਹੋਣਾ ਸੀ ਅਤੇ ਵਿਰੋਧ ਪ੍ਰਦਰਸ਼ਨ ਵੀ ਚੱਲ ਰਿਹਾ ਅਤੇ ਤੁਹਾਡੇ ਵੱਲੋਂ ਵੀ ਇੱਕ ਉੱਥੇ ਜਿਹੜੀ ਕਿ ਗੱਲ ਥੱਪੜ ਮਾਰਨ ਦੀ ਗੱਲ ਕਹੀ ਗਈ ਕਿ ਸੁਣਦਾ ਕਹੀ ਹੈ ਕੀ ਗੱਲ ਨਹੀਂ ਇਹ ਤੁਸੀਂ ਮੇਰੀ ਗੱਲ ਦਿਖਾਓ ਵੀ ਥੱਪੜ ਮਾਰਨ ਵਾਲੀ ਕਿੱਥੇ ਗੱਲ ਗਈ ਹੈ ਇਹ ਗੱਲਾਂ ਨਾ ਕਹੋ। ਵੀਡੀਓ ਕਲਿੱਪ ਦੇ ਵਿੱਚ ਜਿਹੜੀ ਹੋਈ ਹੈ ਜੀ ਥੱਪੜ ਮਾਰਨ ਵਾਲੀ ਦਾ ਦੇਖੋ ਗੱਲ ਨਹੀਂ ਹੋਈ ਤੁਸੀਂ ਤੁਹਾਡੇ ਵੀ ਕੈਮਰੇ ਉੱਥੇ ਲੱਗੇ ਹੋਏ ਸੀ ਨਹੀਂ ਨਹੀਂ ਤਕਰਾਰਬਾਜ਼ੀ ਨਹੀਂ ਤਕਰਾਰ ਦੇਖੋ ਤਕਰਾਰਬਾਜ਼ੀ ਵੱਧ ਗਈ ਪਰ ਉਹ ਵੀ ਝੂਠ ਬੋਲ ਰਿਹਾ ਸੀ ਕਿ ਮੈਂ ਕਦੋਂ ਕਹਿ ਕੇ ਗਿਆ ਵੀ 17 ਬਿਸਤਰਾਂ ਦੇ ਨੂੰ ਬਣਾਵਾਂਗੇ ਚਲੋ ਰਿਕੁਆਇਰਮੈਂਟ ਦਾ ਬਣਾਵਾਂਗੇ ਵੀ ਬਣਾਵਾਂਗੇ ਪਰ ਉਹ ਸਾਬਤ ਕਰੇ ਕਿ ਮੈਂ ਕਹਿ ਕੇ ਗਿਆ
ਉਹ ਝੂਠ ਬੋਲ ਰਿਹਾ ਸੀ ਤੇ ਤੁਹਾਨੂੰ ਮੀਡੀਆ ਨੂੰ ਵੀ ਕਹਿਣਾ ਚਾਹੂੰਗਾ ਕਿ ਮੈਂ ਥੱਪੜ ਮਾਰਨ ਵਾਲੀ ਕੋਈ ਗੱਲ ਨਹੀਂ ਕਹੀ ਤੁਹਾਡੀਆਂ ਰਿਕਾਰਡਿੰਗਾਂ ਸੀ ਨਹੀਂ ਉਹ ਗੱਲ ਕਰਾਂਗੇ ਪਰ ਥੱਪੜ ਮਾਰਨ ਵਾਲੀ ਗੱਲ ਤੁਸੀਂ ਨਾ ਕਹੋ ਵੀ ਮੈਂ ਕਿਹਾ ਵੀ ਥੱਪੜ ਮਾਰੂਗਾ ਨਹੀਂ 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 ਉਹ ਇਹ ਕਿਹਾ ਮੈਂ ਉਹ ਕਹਿੰਦਾ ਮੈਂ ਸਤਿਕਾਰ ਕਰਦਾ ਮੈਂ ਕਿਹਾ ਜੇ ਅਸੀਂ ਤੁਹਾਡਾ ਸਤਿਕਾਰ ਨਾ ਕਰਦੇ ਹਾਂ ਤਾਂ ਤੁਹਾਨੂੰ ਪਿੰਡ ਸੈਨਾ ਦੇ ਸਰਪੰਚ ਦੇ ਲੜਕੇ ਤੇ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਦਾ ਕੀ ਕਹਿਣਾ ਆਓ ਤੁਸੀਂ ਉਹ ਵੀ ਸੁਣੋ ਦੇਖੋ ਮੌਜੂਦਾ ਵਿਧਾਇਕ ਸਾਡੇ ਪਿੰਡ ਆਇਆ ਸੋ ਜਿਹੜੀ ਮੇਰੀ ਸੋਚ ਆ ਉਹਨੂੰ ਲੋਕਾਂ ਨੇ ਚੁਣਿਆ ਲੋਕਾਂ ਨੇ ਵੱਡਾ ਮਾਣ ਦਿੱਤਾ ਵੱਡੇ ਮਾਰਜਿੰਗ ਨਾਲ ਜਿਤਾਇਆ ਸੋ ਮੇਰਾ ਇੱਥੇ ਸਤਿਕਾਰ ਕਰਨਾ ਮੇਰਾ ਫਰਜ਼ ਬਣਦਾ ਸੀ ਮੇਰੇ ਪਿੰਡ ਆਇਆ ਸੀ ਮੈਂ ਕਿਹਾ MLA ਸਾਹਿਬ ਆਇਆ ਜੀ ਆਇਆਂ ਨੂੰ ਇਹਨਾਂ ਦੀ ਗੱਲ ਸੁਣੋ ਅਸੀਂ ਆਪਦੀ ਗੱਲ ਰੱਖੀ ਵੀ ਮਹੱਲਾ ਕਲੀਨਿਕ ਤੁਸੀਂ ਹੋਰ ਆਲਟਰਨੇਟਿਵ ਜਗ੍ਹਾ ਲੈ ਲਓ ਸੋ ਲੋਕਾਂ ਮੂਹਰੇ ਇਹ ਕਹਿ ਗਿਆ ਜੇ ਤੇਰੇ ਥਪੇੜੇ ਮਾਰ ਕੇ ਤੈਨੂੰ ਅੰਦਰ ਸੁੱਟਿਆ ਹੁੰਦਾ ਤੈਨੂੰ ਤਾਂ ਪਤਾ ਲੱਗਦਾ ਸੋ ਇਸ ਨਾਲ ਉਸ ਦੀ ਲਿਆਕਤ ਦਾ ਉਸ ਦੀ ਅਕਲ ਦਾ ਅਤੇ ਲੋਕ ਰਾਜ 'ਚ ਕਿੰਨਾ ਕੁ ਉਹਦਾ ਸਨਮਾਨ ਹੈ ਮੈਨੂੰ ਲੋਕ ਕੀ ਕਹਿੰਦੇ ਆ ਸਰਪੰਚ ਆ ਤੁਹਾਡਾ ਪਰ ਮੈਂ ਸੰਵਿਧਾਨਕ ਤੌਰ 'ਤੇ ਸਰਪੰਚ ਨਹੀਂ ਮੇਰੀ ਮਾਤਾ ਸਰਪੰਚ ਹੈ ਸੋ ਮੈਂ ਲੋਕਾਂ ਨਾਲ ਖੜਾਂ ਲੋਕਾਂ ਦੇ ਇਕੱਠ 'ਚ ਇਹ ਗੱਲ ਕਹਿ ਕੇ ਗਿਆ ਇਹ ਮੇਰੇ ਚਪੇੜੇ ਮਾਰਨ ਦੀ ਗੱਲ ਨਹੀਂ ਕਰਕੇ ਗਿਆ ਮੇਰੇ ਪਿੰਡ ਦੇ ਚਪੇੜ ਮਾਰੀਆਂ ਨੇ ਉਸ ਪਿੰਡ ਦੇ ਚਪੇੜੇ ਮਾਰਨ ਦੀ ਗੱਲ ਕਰਦਾ ਜਿਹਦੇ 4200 ਵੋਟ ਇਸ ਨੂੰ ਪਈ ਹੈ ਕੀ ਗੱਲ ਬਾਈ ਜੀ ਭਗਵੰਤ ਮਾਨ MP ਸੀਗਾ ਸਟੇਜਾਂ ਤੇ ਜਾ ਕੇ ਆਹੀ ਸਰਪੰਚ ਦਾ ਸਨਮਾਨ ਕਰਦਾ ਸੀ ਤਾਂ ਸੱਕਰ ਵਰਗਾ ਲੱਗਦਾ ਸੀ ਅੱਜ ਜਦੋਂ ਆਪਦੀ ਗੱਲ ਆਈ ਅੱਜ ਜਦੋਂ ਮੈਂ ਵਿਰੋਧ 'ਚ ਖੜ ਗਿਆ ਆਪਦੇ ਪਿੰਡਾਂ ਦੇ ਹੱਕਾਂ ਵਾਸਤੇ ਤਾਂ ਅੱਜ ਪ੍ਰਸ਼ਾਸਨ ਵੱਲੋਂ ਇਹ ਗੱਲ ਕਹੀ ਜਾਂਦੀ ਆ ਵੀ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਸਰਪੰਚ ਕਰੂਗਾ ਲੋਕਾਂ ਨੂੰ ਗੁੰਮਰਾਹ ਇਹ ਸਰਪੰਚ ਬਲੈਕੀ ਆ ਸਰਪੰਚ ਨਸ਼ੇ ਦਾ ਸੌਦਾਗਰ ਹੈ ਸਰਪੰਚ ਨੇ ਅੱਜ ਤੱਕ ਕੋਈ ਮਾੜਾ ਪਿੰਡ ਕੰਮ ਕੀਤਾ ਪਿੰਡ 'ਚ ਸਰਪੰਚ ਨੇ ਤੁਹਾਡੇ ਕਿਸੇ ਮੁਲਾਜ਼ਮ ਦੇ ਖਿਲਾਫ਼ ਕੋਈ ਗੱਲ ਕੀਤੀ ਹੋਵੇ ਕਿਸੇ ਦੇ ਖਿਲਾਫ਼ ਸ਼ਿਕਾਇਤ ਕੀਤੀ ਹੋਵੇ ਸੋ ਇਹ ਲਿਆਕਤ ਦਾ ਪਤਾ ਲੱਗਦਾ ਜੇ ਇਹ ਆਪਣੇ ਦਫ਼ਤਰਾਂ 'ਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਫੋਟੋ ਲਾਉਂਦੇ ਆ ਉਸ ਦੇ ਮੰਨੇ ਸੰਵਿਧਾਨ ਨੂੰ ਸਵੀਕਾਰ ਕਰਦੇ ਆ ਤਾਂ ਪੰਚਾਇਤ ਨੇ ਮਤਾ ਪਾਇਆ ਲੋਕ ਰਾਜ ਦੀ ਜਿਹੜੀ ਮੁੱਢਲੀ ਪ੍ਰਣਾਲੀ ਆ ਪੰਚਾਇਤ ਕਹਿੰਦੇ ਆ ਸੰਵਿਧਾਨਕ ਅਨੁਸਾਰ ਪਰ ਮੈਂ ਕਹਿਣਾ ਵੀ ਸਾਡਾ ਗੱਲ ਨਾ ਘੁੱਟੋ ਅਸੀਂ ਸਿਰਫ ਬੋਲ ਸਕਦੇ ਹਾਂ ਸਾਡੀ ਆਵਾਜ਼ ਨਾ ਬੰਦ ਕਰੋ ਇਸ ਨੂੰ ਰਾਜਨੀਤਿਕ ਮੁੱਦਾ ਕਰਾਰ ਦਿੱਤਾ ਜਾ ਰਿਹਾ ਕਿ ਜਿਹੜਾ ਇਹ ਤੁਸੀਂ ਕਹਿੰਦੇ ਗੁੰਮਰਾਹ ਕਰਕੇ ਇਹਨਾਂ ਨੂੰ ਪ੍ਰਦਰਸ਼ਨ ਜਿਹੜਾ ਕਰਵਾਇਆ ਜਾ ਰਿਹਾ ਇਹ ਤਾਂ ਲੋਕ ਜਾਣਨ ਭਾਈ ਗੁੰਮਰਾਹ ਇੰਨੇ ਤਾਂ ਅੱਜ ਕੱਲ੍ਹ ਬੇਵਕੂਫ਼ ਕੋਈ ਹੈ ਨਹੀਂ ਵੀ ਕਿਸੇ ਦਾ ਕਹੇ ਗੁੰਮਰਾਹ ਹੋਜੂ ਇੱਥੇ ਪਹਿਲਾਂ ਜਿਹੜੀਆਂ ਆਈਆਂ ਸੀ ਕਿਸਾਨ ਜਥੇਬੰਦੀਆਂ ਆਈਆਂ ਸੀ ਇਸ ਮਹੱਲਾ ਕਲੀਨਿਕ ਦੇ ਵਿਰੋਧ 'ਚ ਸੋ ਅੱਜ ਜੇ ਸਰਪੰਚ ਆ ਕੇ ਇਹਨਾਂ ਨੂੰ ਸਹੀ ਗੱਲ ਨਹੀਂ ਦੱਸਦਾ ਵੀ ਕੱਲ੍ਹ ਨੂੰ ਇਹਦੇ ਆਹ ਸਿੱਠੇ ਨਿਕਲਣੇ ਆ ਤੁਸੀਂ ਦੱਸੋ ਬਾਈ ਜੀ ਰੂੜੇਕੇ ਵਾਲਿਆਂ ਨੇ ਕਿਉਂ ਵਿਰੋਧ ਕਰਤਾ ਟੱਲੇਵਾਲ ਕਿਉਂ ਮਹੱਲਾ ਕਲੀਨਿਕ ਚੱਕ ਲਿਆ ਇਹਨਾਂ ਨੇ ਬੈਕਫੁੱਟ 'ਤੇ ਚਲੇ ਗਏ ਟੱਲੇਵਾਲ ਦੀ ਤਾਂ 4000 ਵੋਟ ਆ ਮੇਰੇ ਪਿੰਡ ਦੀ ਤਾਂ 11000 ਵੋਟ ਆ ਸੋ ਇੱਥੇ ਵੱਡੇ ਸਿਹਤ ਸਹੂਲਤਾਂ ਦਿਓ ਇਹ ਤਾਂ ਮੇਰੇ ਥੱਪੜ ਮਾਰਨ ਦੀ ਗੱਲ ਹੁਣ ਵੇਖਣਾ ਹੋਵੇਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਵਿਧਾਇਕ ਦੇ ਉੱਤੇ ਕੀ ਕਾਰਵਾਈ ਕਰਦੇ ਨੇ ਕਿਉਂਕਿ ਲੋਕਾਂ ਦੇ ਵੱਲੋਂ ਚੁਣੇ ਹੋਏ ਨੁਮਾਇੰਦੇ ਦੇ ਵੱਲੋਂ ਆਪਣੇ ਮੂੰਹੋਂ ਇਹੋ ਜਿਹੀ ਭਾਸ਼ਾ ਵਰਤਣੀ ਸਹੀ ਨਹੀਂ ਹੈ ਬਿਊਰੋ ਰਿਪੋਰਟ D5 ਚੈਨਲ ਪੰਜਾਬੀ ਹੋਏਗੀ ਕਿਸਾਨਾਂ ਦੀ ਗੱਲ ਨਵੀਂ ਖੇਤੀ ਮਸ਼ੀਨਾਂ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 D5 ਚੈਨਲ ਪੰਜਾਬੀ ਤੇ ਕੀ ਹੁੰਦੀ ਹੈ ਜਮ੍ਹਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ